ਲੈਂਦਾ ਚੜ੍ਹਦਾ ਪੰਜਾਬ ਚੈਨਲ ਦੇਖਣਾ ਸਭ ਦੋਸਤਾਂ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਉਹਦਾ ਮੈਸੇਜ ਮਿਲ ਜਾਵੇ। ਅੱਜ ਅਸੀਂ ਤੁਹਾਨੂੰ ਕੁਲਾਚੋਰ ਪਿੰਡ ਲੈ ਕੇ ਜਾ ਰਹੇ ਹਾਂ। ਕੁਲਾਚੋਰ ਪਿੰਡ ਜਲਾਲਪੁਰ ਜੱਟਾਂ ਦੇ ਨਾਲ ਹੀ ਲੱਗਦਾ, ਬੜਾ ਪੁਰਾਣਾ ਪਿੰਡ ਹੈ। ਇਹ ਸਾਹਮਣੇ ਤੁਸੀਂ ਕੁਲਾਚੋਰ ਪਿੰਡ ਵੇਖ ਰਹੇ ਹੋ, ਬੜਾ ਪੁਰਾਣਾ ਕਦੀਮ ਕਸਬਾ ਹੈ, ਸ਼ਹਿਰ ਪਿੰਡ। ਬੜੀ ਪੁਰਾਣੀ ਤਰੀਕ ਹੈ ਇਸ ਪਿੰਡ ਦੀ, ਕੁਲਾਚੋਰ। ਜਲਾਲਪੁਰ ਜੱਟਾਂ ਦੇ ਨਾਲ ਹੀ ਆ ਗਿਆ, ਲੱਗ ਗਿਆ ਵੀ ਸ਼ਹਿਰ ਦਾ ਹਿੱਸਾ ਬਣ ਗਿਆ। ਇਸ ਸਾਹਮਣੇ ਤੁਸੀਂ ਕੁਲਾਚੋਰ ਪਿੰਡ ਵੇਖ ਰਹੇ ਹੋ। ਕੁਲਾਚੋਰ ਪਿੰਡ ਆ ਰਿਹਾ ਜੀ ਤੁਹਾਨੂੰ ਅਸੀਂ ਲੈਂਦਾ ਚੱਲ ਪੰਜਾਬ ਚੈਨਲ 'ਤੇ। ਸਾਹਮਣੇ ਮਸਜਿਦ ਨਜ਼ਰ ਆ ਰਹੀ ਕੁਲਾਚੋਰ ਪਿੰਡ 'ਚ। ਪੰਜਾਬ ਚੈਨਲ ਦੇਖਣਾ ਸਭ ਦੋਸਤਾਂ ਨੂੰ ਅਸਲਾਮ ਵਾਲੇਕੁਮ। ਅੱਜ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਸਿਲਸਿਲੇ ਗਲੀਆਂ ਕੂਚੇ ਵਿੱਚ ਕੁਲਾਚੋਰ ਦੀਆਂ ਗਲੀਆਂ ਵਿਖਾ ਰਹੇ ਹਾਂ, ਕੁਲਾਚੋਰ ਪਿੰਡ ਦੀਆਂ ਗਲੀਆਂ ਵਿਖਾ ਰਹੇ ਹਾਂ, ਜੋ ਅਸੀਂ ਤੁਹਾਨੂੰ ਲਿਆਂਦਾ ਚੜ੍ਹਦਾ ਪੰਜਾਬ ਚੈਨਲ 'ਤੇ। ਕੁਲਾਚੋਰ ਜਲਾਲਪੁਰ ਜੱਟਾਂ ਦੇ ਨਾਲ ਹੀ ਪਿੰਡ ਹੈ। ਇਹਦੇ ਬਾਰੇ 'ਚ ਕਿਤਾਬ ਸ਼ਹਿਰ ਖੂਬਾਂ 'ਚ ਲਿਖਿਆ ਗਿਆ ਕਿ ਇਹ ਕਲਚੂ ਨੇਪਾਲ ਸਿੰਘ ਜੀ ਦੇ ਨਾਂ 'ਤੇ ਕੁਲਾਚੋਰ ਦਾ ਨਾਂ ਰੱਖਿਆ ਗਿਆ ਸੀ, ਅਤੇ ਜਿਨ੍ਹਾਂ ਦੇ ਬੇਟਿਆਂ ਦੇ ਨਾਂ ਔਲਾਦ ਦੇ ਨਾਂ 'ਤੇ ਇਸ ਪਿੰਡ ਦੇ ਮੁਖਤਲਿਫ ਮੁਹੱਲੇ ਰੱਖੇ ਗਏ ਨੇ, ਮੁਹੱਲਿਆਂ ਦੇ ਨਾਂ ਰੱਖੇ ਗਏ ਨੇ, ਜਿਨ੍ਹਾਂ 'ਚ ਮਸੂਲਾ, ਮੱਲੀ, ਬੱਚਰ ਅਤੇ ਹਾਸਾ ਸ਼ਾਮਿਲ ਸਨ। ਇਮਰਾਖਪੁਰ ਕਦੀਮ ਪਿੰਡ ਹੈ ਕੁਲਾਚੋਰ। ਅੱਜ ਅਸੀਂ ਤੁਹਾਨੂੰ ਕੁਲਾਚੋਰ ਪਿੰਡ ਦੀਆਂ ਗਲੀਆਂ ਵਿਖਾ ਰਹੇ ਹਾਂ,
अपने चैनल दे सिलसिले गलियां कूचे विच। ਲਹਿੰਦਾ ਚੜ੍ਹਦਾ ਪੰਜਾਬ ਚੈਨਲ ਦੇ ਅੱਜ ਅਸੀਂ ਤੁਹਾਨੂੰ ਕੁਲਾਚੌਰ ਪਿੰਡ ਵਿਖਾ ਰਹੇ ਹਾਂ ਜੀ। ਇਹਦੇ 'ਚ ਮੁਹਤਰੀ ਮੁਹੱਲੇ ਵੀ ਨੇ, ਆਪਣੇ ਆਪਣੇ ਅਲੱਗ ਅਲੱਗ ਦਾ, ਮਸੋਲੀਆਂ ਦਾ ਮੁਹੱਲਾ, ਬੇਰੀ ਵਾਲਾ ਮੁਹੱਲਾ, ਗਿੱਲਾਂ ਵਾਲੀ ਮੁਹੱਲਾ, ਇਸ ਤਰ੍ਹਾਂ ਮੁਹਤਰੀ ਮੁਹੱਲੇ ਵੀ ਨੇ। ਕੋਈ ਕੋਈ ਤੰਗ ਗਲੀ ਵੀ ਹੈ ਜੀ ਪਿੰਡ 'ਚ, ਇਹਦਾ ਪੁਰਾਣਾ ਪਿੰਡ ਹੈ। ਜਿਸ ਤਰ੍ਹਾਂ ਸ਼ਹਿਰਾਂ 'ਚ ਪੁਰਾਣੇ ਇਲਾਕੇ ਮੁਹੱਲੇ ਜਿਹੜੇ ਤੰਗ ਗਲੀਆਂ ਨੇ, ਇਹ ਵੀ ਤੰਗ ਗਲੀ ਹੋਣ ਜੀ। ਅੱਜ ਅਸੀਂ ਤੁਹਾਨੂੰ ਕੋਲਾਚੌਰ ਪਿੰਡ ਵਿਖਾ ਰਹੇ ਹਾਂ ਜੀ, ਲਹਿੰਦਾ ਚੜ੍ਹਦਾ ਪੰਜਾਬ ਚੈਨਲ 'ਤੇ। ਲਹਿੰਦਾ ਚੜ੍ਹਦਾ ਪੰਜਾਬ ਚੈਨਲ 'ਤੇ ਅੱਜ ਅਸੀਂ ਤੁਹਾਨੂੰ ਕੋਲਾਚੌਰ ਪਿੰਡ ਵਿਖਾ ਰਹੇ ਹਾਂ ਜੀ। ਸ਼ਹਿਰ ਦੇ ਨਾਲ ਹੀ ਲੱਗਦਾ ਪਿੰਡ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ। ਢੱਕੀ ਵੀ ਹੈ ਜੀ ਪਿੰਡ 'ਚ, ਜੋ ਉੱਚੇ ਇਲਾਕਿਆਂ 'ਚ ਢੱਕੀ ਬਣੀ ਹੁੰਦੀ। ਅੱਗੇ